ਜਿਹੜਾ ਸਿਸਟਮ ਸੀਗਾ ਸਾਡਾ ਮਹਿੰਦੀ ਦਾ ਇਸ ਤਰ੍ਹਾਂ ਕਰਕੇ ਲੇਡੀਜ਼ ਉਹਨੂੰ ਮਤਲਬ ਕਿ ਸੁਕਾ ਕੇ ਆਪਣੀਆਂ ਪੁਰਾਣੀਆਂ ਬਜ਼ੁਰਗ ਜਦੋਂ ਅਸੀਂ ਹੁਣ ਮਹਿੰਦੀ ਰੁੱਖ ਲਾਉਂਦੇ ਆ ਮਤਲਬ ਪੁਰਾਣੇ ਸਮੇਂ ਦਾ ਲਾਉਂਦੀ ਸੀ ਉਹ ਮਤਲਬ ਪੈਕਟ ਫਾਰਮ ਚੋਂ ਲੱਗੀ ਉਹਦੇ ਜਿਹੜੇ ਫੁੱਲਾਂ ਦਾ ਹੋਰ ਵੀ ਬੜੇ ਗੁਣ ਦੇਖੋ ਫੁੱਲਾਂ ਨੂੰ ਪੇਸਟ ਬਣਾ ਕੇ ਜਿਵੇਂ ਮੈਡੀਸਿਨ ਗੋੰਦੀ ਗੱਲ ਕਰੀਏ ਇੱਕ ਸਾਡੇ ਕਈ ਵਾਰ ਹੁੰਦਾ ਨਾ ਸਾਡੇ ਕਿਵੇਂ ਸਾਡੇ ਨਾ ਪੈਰਾਂ ਥੱਲੇ ਬੜੀ ਜੀ ਜਲਨ ਹੋਈ ਜਾਂਦੀ ਹੈ ਪੈਰ ਮੱਛਾਂ ਲੱਗ ਰਏ ਪੈਰ ਮੱਛਾਂ ਜਿਹੜੇ ਕੋੜਾ ਕੋੜ ਦੀ ਬਿਮਾਰੀ ਹੈ ਕੋੜ ਦੀ ਬਿਮਾਰੀ ਤੇ ਵੀ ਜਿਹੜਾ ਫੁੱਲਾਂ ਦਾ ਲੇ ਲਾ ਸਕਦੇ ਹਾਂ ਗਠੀਏ ਦੇ ਵੀ ਲਈ ਗਠੀਏ ਦੇ ਵੀ ਅਜਾ ਇਹਦਾ ਤੇਲ ਜਿਹੜਾ ਹੈਗਾ ਸਹੀ ਬੁਢਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਪਣੇ ਤੰਦਰੁਸਤ ਸਮਾਜ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਮਹਿੰਦੀ ਦੇ ਰੁੱਖ ਬਾਰੇ ਤੇ ਸਾਡੇ ਨਾਲ ਹੋਣਗੇ ਹਰ ਵਾਰ ਦੀ ਤਰ੍ਹਾਂ ਡਾਕਟਰ ਅਰਜਨੀਸ਼ ਬਰਮਾ ਜੀ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਦਰਖਤ ਬੜਾ ਹੀ ਕੁਦਰਤ ਦਾ ਕ੍ਰਿਸ਼ਮਾ ਹੈ ਵੀ ਮਤਲਬ ਕਹਿਣ ਦਾ ਦਰਖਤ ਇਹ ਮਹਿੰਦੀ ਦੇ ਰੁੱਖ ਬਾਰੇ ਆਪਾਂ ਗੱਲ ਕਰਾਂਗੇ ਹਾਂਜੀ ਇਹਨੂੰ ਹਿੰਦੀ ਭਾਸ਼ਾ ਦਾ ਵਿੱਚ ਮਹਿੰਦੀ ਕਹਿੰਦੇ ਆ ਅਰਬ ਭਾਸ਼ਾ ਵਿੱਚ ਇਹਨੂੰ ਹਿਨਾ ਬੋਲਦੇ ਆ ਮਤਲਬ ਇਹ ਸਮਝਣਾ ਪੈਣਾ ਤੇ ਇਹਦਾ ਸੈਂਟੀਫਿਕ ਨੇਮ ਲੋਸੋਨੀਆ ਨਰਮਿਸ ਦਾ ਸੈਂਟੀਫਿਕ ਨੇਮ ਆ ਜੀ ਇਹ ਮਤਲਬ ਕਹਿਣ ਦਾ ਛੋਟਾ ਦਰਖਤ ਕਹਿ ਸਕਦੇ ਆ ਤੇ ਲਾਰਜ ਸ਼ਰਬ ਬੋਲ ਸਕਦੇ ਆ ਇਹ ਥੋੜੀ ਹਾਈਟ ਹੋਰ ਲੈ ਜਾਊਗਾ ਇਹ ਅਸੀਂ ਹਰਦਾਸਪੁਰ ਪਿੰਡ ਖੜੇ ਆ ਤੇ ਜੰਗਲ ਅਸੀਂ ਲਾਇਆ ਹੋਇਆ ਇੱਥੇ ਇਹ ਜੰਗਲ 'ਚ ਇੱਕ ਪੈਚ ਆ ਮਤਲਬ ਤਾਂ ਮਹਿੰਦੀ ਦਾ ਪੈਜੇ ਸਾਡੇ ਮਤਲਬ ਬਿਲਕੁਲ ਹੀ ਜਦੋਂ ਅਸੀਂ ਸ਼ੁਰੂ ਕੀਤਾ ਸੂਨੀ ਵਿੱਚ ਲੁਪਤ ਹੋ ਗਈ ਸੀ ਸਿਸਟਮ ਹਾਂਜੀ ਲੁਪਤ ਹੋਣ ਤੋਂ ਬਾਅਦ ਇਹ ਇਹਨੂੰ ਮਤਲਬ ਸਾਨੂੰ ਕਿਤੇ ਕਿਤੇ ਟਾਵਾ ਡੱਲਾ ਕੋ ਦਿਖਦਾ ਸੀ ਕਿਸੇ ਪਾਸੇ ਬਿਲਕੁਲ ਤਾਂ ਹੁਣ ਇਹ ਅਸੀਂ 15000 ਮਹਿੰਦੀ ਰੱਖੂਨੀ ਤੋਂ ਲੈ ਕੇ ਹੁਣ ਤੱਕ ਜੰਗਲਾਂ ਦੇ ਫਾਰਮ ਚ ਸਾਰੇ ਕਿਤੇ ਲਾਜੂਗੇ 15000 ਮਤਲਬ ਇੱਕ ਹਰ ਮਤਲਬ ਸਿਸਟਮ ਦੇ ਵਿੱਚ ਇਹ ਪਿੰਡ ਵਿੱਚ ਪਹੁੰਚ ਚੁੱਕਿਆ ਹਾਂਜੀ ਜਿਹੜੀ ਚੀਜ਼ ਦਿਖਦੀ ਨਹੀਂ ਸੀ ਆ ਜੋ 15000 ਰੁਪਏ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਹੈ ਕੰਟੀਨਿਊ ਹੈ ਮਤਲਬ ਅਗਲੇ ਸਾਲ ਵੀ 20 25000 ਬੁੱਢਾ ਮਹਿੰਦੀ ਦਾ ਪਿੰਡਾਂ ਚ ਲੱਗਦਾ ਜਾਣਾ ਮਤਲਬ ਕਹਿੰਦਾ ਤਾਂ ਕਾਫੀ ਇਹ ਛੋਟੇ ਛੋਟੇ ਪੱਤੇ ਵਾਲਾ ਇਹ ਦਰਾਖਤ ਹਾਂਜੀ ਮਈ ਜੂਨ ਵਿੱਚ ਇਹਦੇ ਫੁੱਲ ਆਉਂਦੇ ਆ ਤਾਂ ਉਸ ਤੋਂ ਬਾਅਦ ਇਹਦੇ ਫਲ ਆ ਜਾਂਦੇ ਆ ਫਲ ਜਿਹੜੇ ਪਹਿਲਾਂ ਹਰੇ ਹੁੰਦੇ ਆ ਫਿਰ ਲਾਲ ਹੋਏ ਨੇ ਲਾਲ ਫਿਰ ਮਤਲਬ ਭਰਪੂਰੇ ਹੋ ਜਾਂਦੇ ਆ ਉਹਦੇ ਵਿੱਚ ਬਹੁਤ ਹੀ ਪਨੀਰੀ ਫਾਰਮ ਚ ਬਹੁਤ ਛੋਟੇ ਛੋਟੇ ਬੀਜ ਹੁੰਦੇ ਆ ਤਾਂ ਉਹ ਬੀਜਾਂ ਤੋਂ ਤੇ ਇਹਦੀ ਕਲਮਾਂ ਅਸੀਂ ਕੀ ਕਰਦੇ ਅਸੀਂ ਕਲਮਾਂ ਤੋਂ ਤਿਆਰ ਕਰਦੇ ਆ ਇਹਦੇ ਬੂਟੇ ਅੱਗੇ ਤੇ ਹੁਣ ਫਰਵਰੀ ਜੀ ਦੀ ਕਲਮ ਕੱਟ ਲੈਣੀ ਆ ਤਾਂ ਉੱਥੋਂ ਇਹ ਤਿਆਰ ਹੋਣਾ ਬੇਸਿਕਲੀ ਇਹ ਸ਼ਗਨਾ ਦਾ ਰੋਖਾ ਕਣਾਂ ਗਉਂ ਕੇ ਹੈ ਕਰਾਮਾਤ ਕੋ ਕਿ ਇਹ ਸ਼ਗਨਾਂ ਦਰੋਕ ਇਸ ਤਰੀਕ ਕਿ ਹਰ ਸ਼ਗਨ ਤੇ ਨੂੰ ਆਪਾਂ ਜਿਵੇਂ ਹੁਣ ਕਿਸੇ ਦੀ ਕੁੜੀ ਮਟਿਆਰ ਦਾ ਕੁੜੀ ਦਾ ਵਿਆਹ ਹੋਣਾ ਹਾਂਜੀ ਉਸ ਟਾਈਮ ਤੇ ਮਹਿੰਦੀ ਲਾਈ ਜਾਂਦੀ ਹੈ ਮਨ ਲਓ ਹੱਥਾਂ ਤੇ ਸਾਰਾ ਅੱਜ ਕੱਲ ਸਿਸਟਮ ਹਾਂਜੀ ਕਰਵਾ ਚੌਦ ਦਾ ਵਰਤੋਂ ਦਾ ਬਾਜੀ ਉਸ ਟਾਈਮ ਤੇ ਤੀਆਂ ਆਉਂਦੀਆਂ ਹੈ ਇਹ ਸਾਰਾ ਸਿਸਟਮ ਆਪਾਂ ਇਹ ਸ਼ਗਨ ਸ਼ਗਨ ਕਰਦੇ ਆਪਾਂ ਮਹਿੰਦੀ ਲਾਉਂਦੇ ਹਾਂ ਸ਼ਗਾਰ ਦੇ ਤੌਰ ਤੇ ਮਨਾਇਆ ਜਾਂਦਾ ਸੀ ਹਾਂਜੀ ਜਿਹੜੀ ਨੈਣ ਹੁੰਦੀ ਸੀ ਪੁਰਾਣੇ ਸਮੇਂ ਵਿੱਚ ਹੁਣ ਤਾਂ ਚਲੋ ਉਹ ਸਿਸਟਮ ਖਤਮ ਹੋ ਗਿਆ ਹਾਂਜੀ ਪਹਿਲਾਂ ਨੈਣਾ ਹੁੰਦੀ ਸੀ ਨੈਣ ਜਿਹੜੀ ਹੁੰਦੀ ਸੀਗੀ ਆਪਣਾ ਪਹਿਲਾਂ ਨੈਣ ਲਾਉਂਦੀ ਸੀ ਮਹਿੰਦੀ ਕੁੜੀ ਦੇ ਵਿਆਹ ਵਾਲੀ ਕੁੜੀ ਦੇ ਉਸ ਤੋਂ ਬਾਅਦ ਸਾਰੀਆਂ ਭਾਬੀਆਂ ਤਾਈਆਂ ਚਾਚੀਆਂ ਸਾਬੀਆਂ ਲਾਉਣ ਲੱਗੇ ਜੀ ਲਾਉਣ ਲੱਗੇ ਸੀ ਹੁਣ ਹੁਣ ਤਾਂ ਹੁੰਦਾ ਬਿਊਟੀ ਪਾਰਲਰ ਤੇ ਹੈਗਾ ਜੀ ਹੁਣ ਤਾਂ ਬਿਊਟੀ ਪਾਰਲਰ ਤੇ ਚੱਲੇਗਾ ਹਾਂਜੀ ਤੇ ਇਹਨੂੰ ਇਹਦੇ ਜਿਹੜੇ ਮਹਿੰਦੀ ਦੇ ਇੱਕ ਤਾਂ ਦੇਖੋ ਲੋਂ ਇੱਕ ਵਾਰ ਪਹਿਲੇ ਪੁਰਾਣੇ ਸਮੇਂ ਵਿੱਚ ਤਾਂ ਇਹ ਮਹਿੰਦੀ ਦੇ ਪੱਤੇ ਕੱਚੇ ਤੋੜ ਕੇ ਜਿਵੇਂ ਹੁਣ ਲੱਗੇ ਆ ਐਂ ਰਗੜ ਕੇ ਕਰ ਲੈਂਦੇ ਸੀ ਜਾਂ ਸੁਕਾ ਕੇ ਉਹਦਾ ਬਰਾਂਲੇ ਦਾ ਪਾਊਡਰ ਹਾਂਜੀ ਉਹਨੂੰ ਧੂੜਾ ਬੋਲਦੇ ਸੀ ਪੁਰਾਣੇ ਸਮੇਂ 'ਚ ਹਾਂਜੀ ਹੁਣ ਤਾਂ ਜਦੋਂ ਪਾਊਡਰ ਫਾਰਮ 'ਚ ਆਪਣੇ ਪੈਕਟ ਚ ਆਉਣ ਲੱਗ ਗਿਆ ਪਹਿਲਾਂ ਇਹ ਬਰਮਾਮ ਜਿੱਥੇ ਜਿਸੇ ਕੁੱਟ ਲੈਂਦੇ ਸੀਗੇ ਤੇ ਸੁਕਾ ਕੇ ਹਾਂਜੀ ਉਹਨੂੰ ਧੂੜਾ ਕਹਿੰਦੇ ਸੀ ਧੂੜਾ ਕਿਸੇ ਨੂੰ ਨਹੀਂ ਪਤਾ ਸੀ ਕਿ ਧੂੜਾ ਕੀ ਹੁੰਦਾ ਹਾਂਜੀ ਤਾਂ ਉਹ ਵੀ ਜਿਹੜਾ ਸਿਸਟਮ ਸੀਗਾ ਸਾਡਾ ਮਹਿੰਦੀ ਦਾ ਇਸ ਤਰ੍ਹਾਂ ਕਰਕੇ ਲੇਡੀਜ਼ ਉਹਨੂੰ ਮਤਲਬ ਕਿ ਸੁਕਾ ਕੇ ਆਪਣੀਆਂ ਪੁਰਾਣੀਆਂ ਬਜ਼ੁਰਗ ਜਦੋਂ ਅਸੀਂ ਹੁਣ ਮਹਿੰਦੀ ਰੱਖ ਲਾਉਂਦੇ ਆ ਮਤਲਬ ਪੁਰਾਣੇ ਸਮੇਂ ਦਾ ਲਾਉਂਦੀ ਸੀ ਉਹਨੂੰ ਤੇ ਪੈਕਟ ਫਾਰਮ 'ਚ ਆਉਣ ਲੱਗੀ ਹਾਂਜੀ ਜਿੰਨੇ ਵੀ ਤਾਂ ਇਹ ਜਿਹੜਾ ਪੁਰਾਣਾ ਸੀਗਾ ਸਿਸਟਮ ਆਪਣਾ ਕੱਢਿਆ ਜਿਹੜਾ ਸਿਸਟਮ ਤਾਂ ਉਹ ਜਿਹੜਾ ਸਿਸਟਮ ਆਪਾਂ ਹੁਣ ਲਾਉਣ ਲੱਗੇ ਤਾਂ ਉਹ ਲੇਡੀਜ਼ ਜਿਹੜੇ ਸਾਨੂੰ ਦੇਖਦੇ ਖੁਸ਼ ਹੁੰਦੇ ਮੈਨੂੰ ਬਿਲਕੁਲ ਜੀ ਬਿਲਕੁਲ ਬਹੁਤ ਸਤਿ ਸ਼੍ਰੀ ਅਕਾਲ ਵੀ ਜਦੋਂ ਸਾਨੂੰ ਅਸੀਂ ਲਾਉਂਦੇ ਉਹਨੂੰ ਦੇਖਦੇ ਅੱਛਾ ਤੁਸੀਂ ਆ ਵੀ ਲਾ ਰਹੇ ਹੋ ਚਾ ਵੀ ਲਾ ਰਹੇ ਹੋ ਤੇ ਨਾ ਬੋਲਦੇ ਨਾ ਮਹਿੰਦੀ ਰੱਖੋ ਜੀ 10 ਬੂਟੇ 15 ਉਹ ਰੱਖੋ ਤੇ ਬੜੇ ਖੁਸ਼ ਹੁੰਦੇ ਆ ਤੇ ਬਾਕੀ ਇਹਦਾ ਬੇਸਿਕਲੀ ਇੱਕ ਹੋਰ ਚੀਜ਼ ਹੈਗਾ ਇਹ ਬੇਸਿਕਲੀ ਇੰਡੀਆ ਦਾ ਨੇਟਿਵ ਤੇ ਅਰਬ ਕੰਟਰੀ ਦਾ ਨੇਟਿਵ ਆ ਰਾਨ ਹੋ ਗਿਆ ਜਿਵੇਂ ਹੋ ਗਿਆ ਇਧਰਲੇ ਪਾਸੇ ਸਾਰਾ ਇਹਦਾ ਏਜੀ ਜੀ ਇਹਨੂੰ ਅਲਕੀਮਾ ਬੋਲਦੇ ਆ ਅਰਬ ਪਾਸ਼ਾ ਚ ਅਰਬ ਲੈਂਗੁਏਜ ਹਾਂਜੀ ਤਾਂ ਉੱਥੇ ਉੱਥੋਂ ਦਾ ਦਰਖਤ ਆ ਇਹ ਕਿਉਂਕਿ ਇਹ ਇੰਨਾ ਕੁ ਪੁਰਾਣਾ ਜਿਹੜੋ ਪੁਰਾਣੇ ਸਮੇਂ ਵਿੱਚ ਮਮੀਜ਼ ਬੋਲਦੇ ਸੀ ਫਿਲਮਾਂ ਵਿੱਚ ਬਣੀ ਮਮੀਜ਼ ਤੇ ਲਾਸ਼ਾਂ ਜਿਹੜੇ ਪੁਰਾਣੇ ਜਿਹੜੇ ਜਿਹੜੇ ਮੁਸਲਮ ਕਮਿਊਨਿਟੀਜ਼ ਹੈਗੀਆਂ ਉਹ ਲਾਸ਼ਾਂ ਨੂੰ ਮਤਲਬ ਕਹਿੰਦਾ ਉਸ ਟਾਈਮ ਮਹਿੰਦੀ ਦੇ ਰੁੱਖ ਨਾਲ ਮਹਿੰਦੀ ਰੁੱਖ ਤੋਂ ਬਣਾਈ ਹੋਈ ਜਿਹੜੀ ਡਾਈ ਆ ਲਾਲ ਰੰਗ ਦੀ ਉਹਨੂੰ ਉਹਦੇ ਚ ਲਪੇਟ ਕੇ ਲਾਸ਼ਾਂ ਦੇ ਫਰੋਂਟ ਸੀਗੇ ਇਹ ਮਮੀਆਂਜ਼ ਫਿਲਮਾਂ ਬਣੀ ਹੋਈਆਂ ਮਤਲਬ ਜੀ ਜੀ ਤਾਂ ਇਹ ਮਤਲਬ 5 5000 ਸਾਲ ਪੁਰਾਣੀਆਂ ਮਮੀਆਂਜ਼ ਜਿਹੜੀ ਰਿਕਾਰਡ ਕੀਤੀਆਂ ਗਈਆਂ ਤੇ ਮਹਿੰਦੀ ਦੇ ਤੱਤ ਪਾਏ ਗਿਆ ਉਹ ਕੱਪੜੇ ਦੇ ਜੀ ਜੀ ਮਤਲਬ ਕੁਝ ਲੋ ਕੱਢੀਆਂ ਗਈਆਂ ਸਟੱਡੀ ਕੀਤਾ ਕਿ ਮਮੀਆਂਜ਼ ਨੂੰ ਉਹ ਲਾਸ਼ਾਂ ਨੂੰ ਪੁਰਾਣੀਆਂ ਨੂੰ ਤੇ ਉਹਦੇ ਵਿੱਚ ਜਿਹੜਾ ਕਪੜਾ ਸੀ ਕੱਪੜੇ ਤੇ ਮਹਿੰਦੀ ਦੇ ਡੰਕ ਕਿਲ ਪੀਟੀਆਂ ਗਈਆਂ ਸੀ ਦੇਖੋ ਸੀ ਇਹਦਾ ਮਤਲਬ ਇਹ ਹੋਇਆ ਵੀ 5000 6000 ਸਾਲ ਪਹਿਲਾਂ ਇਹ ਮਹਿੰਦੀ ਰੁੱਖ ਐਗਜ਼ਿਸਟ ਕਰਦਾ ਸੀਗਾ ਉਸ ਸਮੇਂ ਤੋਂ ਇਹ ਵਰਤਿਆ ਜਾਂਦਾ ਮਤਲਬ ਹਾਂਜੀ ਇਹਦੀ ਡਾਈ ਪੱਤੇ ਦਾ ਠੀਕ ਹੈ ਨਾ ਤੇ ਇਹ ਚੀਜ਼ ਹੈ ਕਿ ਬਾਕੀ ਸਾਡੇ ਪ੍ਰਾਤਨ ਸਮੇ ਦੇ ਕਈ ਲੋਕੀਤ ਵੀ ਜੁੜੇ ਹੋਏ ਆ ਤੀਆਂ ਦੇ ਤਿਉਹਾਰ ਜਿਵੇਂ ਆਪਾਂ ਕਿਹਾ ਹਾਂਜੀ ਜਾਂ ਕਿ ਜਿਵੇਂ ਕੋਈ ਜਿਹੜਾ ਆਪਣਾ ਕਈ ਵਾਰ ਪਰਜਾਈ ਆਪਣੇ ਜਿਹੜਾ ਦਿਔਰ ਨਾਲ ਵੀ ਕਰਦੀ ਆ ਮਜ਼ਾਕ ਜਿਵੇਂ ਉਹ ਕਹਿੰਦੇ ਹੱਥੀ ਲੱਗੀ ਮਹਿੰਦੀ ਦਾ ਬਹਾਨਾ ਲਾਉਂਦੀ ਆ ਉਹ ਮੈਂ ਤੇਰੇ ਮਤਲਬ ਕਹਿ ਜਾਂਦਾ ਬਾਜਰੇ ਰਾਖੀ ਨਹੀਂ ਕਰਨੀ ਫਿਰ ਉਹ ਕਹਿੰਦੀ ਆ ਤੇਰੇ ਬਾਜਰੇ ਦੀ ਰਾਖੀ ਦਿਔਰ ਆ ਮੈਂ ਨਾ ਬੰਦੀ ਵੇ ਜੇ ਮੈਂ ਤਾੜੀ ਮਾਰਾਂ ਮਾਰ ਉਡਾਵਾਂ ਮੇਰੀ ਮਹਿੰਦੀ ਲੈਂਦੀ ਵੇ ਹਾਂ ਦੇਖੋ ਜੀ ਇਹ ਮੇਰਾ ਲੋਕੀਤ ਇੱਕ ਹੋਰ ਆ ਸੱਸ ਨੂੰ ਦਾ ਰਿਸ਼ਤਾ ਕਿਵਰ ਖਟਾਸ ਦਾ ਰਿਸ਼ਤਾ ਹਲਕਾ ਜਿਹਾ ਚੱਲ ਰਹਿਣਾ ਬੜਾ ਮੋਟਾ ਮਨ ਮਟਾਪ ਉਹਨਾਂ ਦਾ ਤਾਂ ਸੱਸ ਕਈ ਵਾਰ ਤੰਗ ਕਰਦੇ ਜਾਂ ਕਿ ਮੈਂ ਇਸ ਤਰ੍ਹਾਂ ਹੈਗਾ ਉਹ ਫਿਰ ਆਪਣੇ ਜਿਹੜੇ ਸ਼ਾਮ ਨੂੰ ਆਪਣੇ ਘਰ ਵਾਲੇ ਨੂੰ ਕਹਿੰਦੇ ਬਈ ਮੈਂ ਤੰਗ ਬਹੁਤ ਆ ਵੀ ਦਿੱਕਤ ਬਹੁਤ ਆ ਵੀ ਤੇਰੀ ਸੱਸ ਐ ਤੰਗ ਤੇ ਫਿਰ ਉੱਥੇ ਵੀ ਇੱਕ ਲੋਕ ਗੀਤ ਬਣਿਆ ਖਟਣ ਗਿਆ ਸੀ ਖਟ ਕੇ ਲਿਆਂਦਾ ਖਟ ਕੇ ਲਿਆਇਆ ਮਹਿੰਦੀ ਤੇਰੀਆਂ ਮੈਂ ਲੱਖ ਚੱਲਦੀ ਤਰੀ ਮਾਂ ਦੇ ਬੋਲ ਨਾ ਸੰਹਦੀ ਇਹ ਵੀ ਦੇਖੋ ਇਹ ਇਹ ਤਾਂ ਇਹ ਲੋਕ ਦੱਸੇ ਗਏ ਇੱਥੇ ਵੀ ਸਾਡੇ ਪ੍ਰਾਤਨ ਸਮੇਂ ਵਿੱਚ ਜਿਹਨੂੰ ਵਰਤਦੇ ਸ ਲੋਕ ਵਰਤਦੇ ਵੀ ਲੋਕੀਤਾਂ ਦੇ ਵਿੱਚ ਲੋਕੀਤਾਂ ਦੇ ਵਿੱਚ ਇਹ ਮਤਲਬ ਇਹ ਭੁੱਲ ਚੁੱਕਿਆ ਵਾ ਅਸਲ ਆਪਣੀ ਜਿਹੜਾ ਇਹ ਸਿਸਟਮ ਆ ਆਪਾਂ ਮਤਲਬ ਹੁਣ ਤੁਸੀਂ ਦੇਖੋ ਬੱਚਿਆਂ ਨੂੰ ਪੁੱਛ ਕੇ ਦੇਖੋ ਪੈਕਟ ਫਾਰਮ ਦੇਖਦੇ ਆ ਕਦੇ ਮਹਿੰਦੀ ਦਾ ਦਰਖਤ ਮੈਂ ਸੱਚ ਕਹਿ ਰਿਹਾ ਕਿਸੇ ਨੇ ਸਕੂਲ ਦੇ ਕਾਲਜ ਦੇ ਸਟੂਡੈਂਟ ਨੇ ਨਹੀਂ ਦੇਖਿਆ ਹੁਣ ਨਹੀਂ ਦੇਖਿਆ ਇਵਨ ਯੂਨੀਵਰਸਿਟੀਆਂ ਦੇ ਸਟੂਡੈਂਟ ਜਿਹੜੇ ਹੈਗੇ ਵੱਡੀ ਵੱਡੀ ਯੂਨੀਵਰਸਿਟੀ ਚ ਪੜਦੇ ਆ ਹਾਰਟੀਕਲਚਰ ਵੀ ਕਰਦੇ ਆ ਬੋਟਨੀ ਵੀ ਪੜਦੇ ਆ ਪਰ ਇਹ ਚੀਜ਼ਾਂ ਉਹ ਇਹ ਅਸੀਂ ਹੁਣ ਵਿਰਾਸਤ ਨੂੰ ਸੰਭਾਲ ਰਹੇ ਆ ਮਤਲਬ ਇੱਕ ਤਾਂ ਵਿਰਾਸਤ ਖੁੱਸ ਗਈ ਸੀ ਬਸ ਆ ਬਰਸੜ ਤਾਂ ਨਿਕਲ ਗਈ ਸੀ ਪਰ ਇਹ ਮੋੜ ਮਤਲਬ ਵਿਰਾਸਤ ਨੂੰ ਆਪਾਂ ਲੈ ਕੇ ਆ ਰਹੇ ਆ ਮਤਲਬ ਠੀਕ ਹੈ ਜੀ ਬਾਕੀ ਇਹ ਜਿਹੜੀ ਮਹਿੰਦੀ ਹੈਗੀ ਆ ਸੀਡ ਤੋਂ ਵੀ ਹੋ ਜਾਂਦੀ ਆ ਕਲਮਾ ਤੋਂ ਵੀ ਹੋ ਜਾਂਦੀ ਆ ਪਹਿਲਾਂ ਦੱਸਿਆ ਉਹ ਰ ਇਹ ਐਜ਼ ਇਹਜ ਵੀ ਬਰ ਸਕਦੇ ਇਹਨੂੰ ਕੱਟ ਕੇ ਕਿਵੇਂ ਮਰਜੀ ਸ਼ੇਪ ਲੈ ਜੋ ਹਾਂਜੀ ਜੇ ਕਿਸੇ ਨੇ ਹੈਜ ਲਾਉਣੀ ਹੈ ਬੈਸਟ ਹੈਜ ਦਾ ਰੂਪ ਕੰਮ ਕਰਦੀ ਆ ਤਾਂ ਹੈਜ ਲਾ ਸਕਦੇ ਹਾਂ ਹਾਂਜੀ ਤਾਂ ਜਿਵੇਂ ਹੁਣ ਆਪਾਂ ਗਰਮੀ 'ਚ ਖੜੇ ਆ ਗਰਮੀ ਵੀ ਸਹਿਣ ਕਰ ਲੈਂਦੀ ਆ ਪੂਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਵਾਟਰ ਲੋਕਿੰਗ ਸਹਿ ਜਾਂਦੀ ਆ ਗਰਮੀ ਸਹਿ ਜਾਂਦੀ ਆ ਉਸ ਤੋਂ ਬਾਅਦ ਇਹਦੇ ਜਿਹੜੇ ਫੁੱਲ ਆ ਫੁੱਲ ਦੇ ਵਿੱਚੋਂ ਇੱਕ ਇਤਰ ਮਿਲਦਾ ਹਾਂਜੀ ਉਹ ਪਰਫਿਊਮ ਇੰਡਸਟਰੀ 'ਚ ਵਰਤਿਆ ਜਾਂਦਾ ਤੇ ਬੜੀ ਇੰਟਰਸਟਿੰਗ ਕਈ ਕਈ ਦਰਖਤ ਜਿਵੇਂ ਮੌਲਸਰੀ ਦੇ ਦਰਖਤ ਉਹ ਵੀ ਉਹਦੇ ਫੁੱਲਾਂ ਤੋਂ ਵੀ ਇਤਰ ਮਿਲਦਾ ਤਾਂ ਇਹ ਵੀ ਇਹੋ ਜਿਹਾ ਦਰਖਤ ਜਿੱਥੋਂ ਆਪ ਨੂੰ ਫੁੱਲਾਂ ਤੋਂ ਇੱਕ ਮਤਲਬ ਇਤਰ ਮਿਲਦਾ ਜਿਹਦੀ ਖੁਸ਼ਬੂ ਖੁਸ਼ਬੂ ਬਹੁਤ ਆ ਫੁੱਲਾਂ ਉਹਦੇ ਤੇਲ ਡਿਸਟਿਲਸ਼ਨ ਕਰਕੇ ਉਹਦੇ ਤੇਲ ਕੱਢ ਕੇ ਉਹਨੂੰ ਪਰਫਿਊਮ ਇੰਡਸਟਰੀ 'ਚ ਵਰਤਿਆ ਜਾਂਦਾ ਮਨੂੰ ਕਹਿੰਦਾ ਤਾਂ ਉਹਦੇ ਜਿਹੜੇ ਫੁੱਲਾਂ ਦਾ ਹੋਰ ਵੀ ਬੜੇ ਗੁਣ ਆ ਦਿੱ ਕੋ ਫੁੱਲਾਂ ਨੂੰ ਪੇਸਟ ਬਣਾ ਕੇ ਜਿਵੇਂ ਮੈਡੀਸਿਨ ਗੋੰਦੀ ਗੱਲ ਕਰੀਏ ਇੱਕ ਸਾਡੇ ਕਈ ਵਾਰ ਹੁੰਦਾ ਨਾ ਸਾਡੇ ਕੀ ਵੇ ਸਾਡੇ ਨਾ ਪੈਰਾਂ ਥੱਲੇ ਬੜੀ ਜੀ ਜਲਨ ਹੋਈ ਜਾਂਦੀ ਆ ਹਾਂਜੀ ਪੈਰ ਮੱਛਣ ਲੱਗਦੇ ਪੈਰ ਮੱਛੀ ਜਾਂਦੇ ਆ ਉਹਦਾ ਇਹਦੇ ਫੁੱਲਾਂ ਦਾ ਲੇਪ ਲਾ ਕੇ ਤੁਸੀਂ ਵਰਤੋ ਥੋੜੇ ਟਾਈਮ ਥੋੜਾ ਆਰਾਮ ਮਿਲੂਗਾ ਤੁਹਾਡੇ ਕੋਈ ਜ਼ਖਮ ਹੋ ਜੇ ਇਹਦੇ ਫੁੱਲਾਂ ਦਾ ਲੇਪ ਲਾਓ ਉਸ ਤੋਂ ਆ ਤੁਹਾਡਾ ਮਤਲਬ ਕਹਿੰਦਾ ਕੋਈ ਛਾਲੇ ਹੋ ਜਾਣ ਕਿਸੇ ਟੰਗ 'ਤੇ ਹਾਂਜੀ ਸਕਿਨ ਡਿਜ਼ੀਜ਼ ਹੋ ਜੇ ਉਹਨੂੰ ਸਕਿਨ ਡਿਜ਼ੀਜ਼ ਦਾ ਮਤਲਬ ਕਹਿੰਦਾ ਜੇ ਤੁਹਾਡੇ ਮੰਨ ਲਓ ਕੋਈ ਫੰਗਲ ਡਿਜ਼ੀਜ਼ ਹੋ ਗਈ ਇਹਦੇ ਫੁੱਲਾਂ ਦਾ ਲੇਪ ਬਣਾਓ ਅ ਤੁਹਾਡੇ ਮਤਲਬ ਮੂੰਹ ਤੇ ਕੋਈ ਪਿੰਪਲ ਹੋ ਗਏ ਉਹ ਲਾਓ ਤੁਸੀਂ ਉੱਥੇ ਕਿਸੇ ਦੇ ਗੂ ਮੱਚ ਜੇ ਕੋਈ ਚੀਜ਼ ਆ ਮੱਜ ਕਿਸੇ ਕਿਸੇ ਟੰਗ ਨਾਲ ਕਿਸੇ ਕਾਰਨ ਕਰਕੇ ਉਹਦਾ ਮਤਲਬ ਬਲ ਬਲ ਜੇ ਉਹਦਾ ਸਰੀਰ ਦਾ ਕੋਈ ਅੰਗ ਤਾਂ ਮਹਿੰਦੀ ਦਾ ਆਪਾਂ ਲਾ ਸਕਦੇ ਹਾਂਗੇ ਇਹ ਵਰਤ ਸਕਦੇ ਹਾਂਗੇ ਬਾਕੀ ਜੇ ਕਿਸੇ ਨੂੰ ਗੋਡਿਆਂ ਦਰਦ ਆ ਉਹਦਾ ਲੇਪ ਲਾ ਕੇ ਲਾ ਸਕਦੇ ਹਾਂ ਹਾਂਜੀ ਕਿਸੇ ਨੂੰ ਮਤਲਬ ਕਹਿੰਦਾ ਤੁਹਾਡਾ ਗਠੀਆ ਹੈਗਾ ਗਠੀਏ ਵਾਸਤੇ ਕੰਮ ਆਉਂਦਾ ਵਾ ਉਸ ਤੋਂ ਦੇ ਕਿਸੇ ਨੂੰ ਕੋੜ ਆ ਕੋੜ ਦੀ ਬਿਮਾਰੀ ਹੈ ਕੋੜ ਦੀ ਬਿਮਾਰੀ ਦੇ ਵਿੱਚ ਜਿਹੜਾ ਫੁੱਲਾਂ ਦਾ ਲੇਪ ਹੈ ਉਹ ਆਪਾਂ ਆਰਾਮਣਾ ਲਾ ਸਕਦੇ ਹੈ ਗਠੀਏ ਦੇ ਲਈ ਗਠੀਏ ਦੇ ਗਠੀਏ ਦੇ ਵੀ ਇਹਦਾ ਤੇਲ ਜਿਹੜਾ ਹੈਗਾ ਸਹੀ ਗੋਡਿਆਂ ਦਰਦਵਾਸ਼ੀ ਵਰਤ ਸਕਦੇ ਹੈ ਜਿਹੜਾ ਤੇਲ ਨਿਕਲਦਾ ਡਿਸਟਿਲਿਸ਼ਨ ਕਰਕੇ ਹਾਂਜੀ ਉਸ ਤੋਂ ਬਾਅਦ ਜਿਹੜਾ ਇਹਦੇ ਪੱਤੇ ਹੈਗੇ ਪੱਤਿਆਂ ਦਾ ਕਾੜਾ ਬਣਾ ਕੇ ਉਹ ਤੁਸੀਂ ਜੇ ਥੋੜੇ ਗਲਾ ਚ ਛਾਲੇ ਹੋ ਗਏ ਉਹ ਛਾਲੇ ਤੁਸੀਂ ਆਰਾਮ ਨਾਲ ਆਪਣਾ ਕਿਊਰ ਕਰ ਸਕਦੇ ਹੋ ਤੁਹਾਨੂੰ ਮਤਲਬ ਕਾੜਾ ਪੀਣ ਨਾਲ ਥੋੜੇ ਜਿ ਢਿਟਡ ਦੀ ਬਿਮਾਰੀ ਢਿਟਡ ਦੇ ਵਿੱਚ ਕੋ ਡਾਇਰੀ ਆ ਹੋ ਜੇ ਡਿਸਐਂਟਰੀ ਹੋ ਜੇ ਹਾਂਜੀ ਤੁਹਾਨੂੰ ਪੇਟ ਖਰਾਬ ਹੋ ਜੇ ਥੋੜਾ ਇਹਦਾ ਕਾੜਾ ਪੀਣਾ ਥੋੜਾ ਸੈੱਟ ਹੁੰਦਾ ਜੀ ਉਸ ਤੋਂ ਬਾਅਦ ਜਿਹੜਾ ਇਹਦਾ ਬਾਰਕ ਆ ਜਿਹੜਾ ਬਾਹਰ ਕਾ ਜੇ ਕੋਈ ਲਿਵਰ ਦੀ ਕੋਈ ਪ੍ਰੋਬਲਮ ਆ ਜੇ ਹਾਂਜੀ ਲਿਵਰ ਦੀ ਪ੍ਰੋਬਲਮ ਵੀ ਇਹ ਠੀਕ ਕਰਦਾ ਹੈਗਾ ਜੀ ਇਸ ਲਈ ਜਿਹੜਾ ਇਹ ਰੁੱਖ ਹੈਗਾ ਆਪਣੇ ਬਹੁਤ ਸਾਰੇ ਦੇਸੀ ਨੁਸਖਿਆਂ ਵਿੱਚ ਵਰਤੇ ਜਾਂਦਾ ਹੈਗਾ ਜਿਵੇਂ ਮੈਂ ਆਲਰੇਡੀ ਦੱਸਿਆ ਤੁਹਾਨੂੰ ਇਹ ਮਤਲਬ ਕਹਿੰਦਾ ਸਿਸਟਮ ਤੇ ਆਯੁਰਵੈਦਿਕ ਜਿਹੜੇ ਇਵਨ ਅਰਬ ਕੰਟਰੀ ਵਿੱਚ ਇਹ ਜਰੂਰ ਜਿਹੜਾ ਕੋੜ ਦੀ ਬਿਮਾਰੀ ਵਾਸਤੇ ਇਹ ਖਾਸ ਕਰਕੇ ਜਿਹੜੀ ਉਹ ਵਰਤੇ ਜਾਂਦਾ ਹੈਗਾ ਸਿਸਟਮ ਤਾਂ ਇਸ ਲਈ ਸਾਡਾ ਜਿਹੜਾ ਇਹ ਹੈਗੀ ਹੈ ਜਿਹੜਾ ਸਿਸਟਮ ਮਹਿੰਦੀ ਦਾ ਹੈਗਾ ਸਾਡੇ ਲੋਕ ਗੀਤਾਂ ਤੋਂ ਲੈ ਕੇ ਸਾਡੇ ਸ਼ਗਨਾਂ ਤੋਂ ਲੈ ਕੇ ਇਹਦੇ ਬਹੁਤ ਹੀ ਜ਼ਿਆਦਾ ਗੁਣਕਾਰੀ ਮਤਲਬ ਰੋਖਾ ਤਾਂ ਪੱਤੇ ਹੋਗੇ ਬਾਰਖ ਹੋ ਗਿਆ ਫੁੱਲ ਹੋ ਗਿਆ ਫੁੱਲਾਂ ਤਾਂ ਇਤਰ ਬੰਦਾ ਹਾਂਜੀ ਇਸ ਲਈ ਰੋਖਾ ਜਿਹੜੇ ਪ੍ਰਾਦਰ ਰੋਖਾ ਸਾਨੂੰ ਮਤਲਬ ਕਹਿੰਦਾ ਆਪਾਂ ਲਾਉਣੇ ਚਾਹੀਦੇ ਆ ਹਾਂਜੀ ਤਾਂ ਆਪਣੀ ਜਿਹੜੀ ਵਿਰਾਸਤ ਆ ਸਾਨੂੰ ਸਾਹਮਣੇ ਚਾਹੀਦੀ ਆ ਤੇ ਬਾਕੀ ਪੰਜਾਬ ਜਿਹੜਾ ਇਹ ਇੰਡੀਆ ਵਿੱਚ ਜਿਹੜਾ ਇਹ ਬੇਸਿਕਲੀ ਰਾਜਸਥਾਨ ਚ ਉਸ ਤੋਂ ਬਾਅਦ ਸਾਡਾ ਗੁਜਰਾਤ ਹੋ ਗਿਆ ਹਰਿਆਣਾ ਪੰਜਾਬ ਵਿੱਚ ਇਹ ਬੱਧ ਪ੍ਰਦੇਸ਼ ਪਾ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਇਹਦੀ ਇਹਦੀ ਜਿਹੜੀ ਹਾਰਵੈਸਟਿੰਗ ਮੈਂਹਦੀ ਬਣਾਉਂਦਾ ਜਿਵੇਂ ਮੈਂਹਦੀ ਦੇ ਪਾਊਡਰ ਬੰਦਾ ਸਿਸਟਮ ਹਾਂਜੀ ਇਹਦੀ ਮਾਰਕੀਟ ਹੈਗੀ ਹੈ ਮਾਰਕੀਟ ਇੱਕ ਤਾਂ ਅਪ੍ਰੈਲ ਮਈ ਦੇ ਵਿੱਚ ਇਹਨੂੰ ਕੱਟ ਲਿਆ ਜਾਂਦਾ ਪੱਤੇ ਨੂੰ ਉਹ ਫਿਰ ਰਾਜਸਥਾਨ ਦੇ ਵਿੱਚ ਇਹ ਹਜੇ ਵੀ ਐਗਜ਼ਿਸਟ ਕਰਦਾ ਇਹਦੀ ਖੇਤੀ ਹੁੰਦੀ ਹੈ ਖੇਤੀ ਕਰਕੇ ਇਹਨੂੰ ਮਤਲਬ ਵੇਚਦੇ ਆ ਪੱਤੇ ਨੂੰ ਮੈਂਹਦੀ ਤਿਆਰ ਕਰਨ ਵਾਸਤੇ ਫਿਰ ਅਕਤੂਬਰ ਨਵੰਬਰ ਚ ਇਹ ਦੋ ਸੀਜ਼ਨ ਹਾਰਵੈਸਟਿੰਗ ਦੇ ਇਹਦੇ ਜੀ ਜਿੱਥੋਂ ਗਿਆ ਮਤਲਬ ਕਹਿੰਦਾ ਮਾਰਕੀਟ ਦੇ ਵਿੱਚ ਮਹਿੰਦੀ ਦੇ ਪੱਤੇ ਜਾਂਦੇ ਆ ਫਿਰ ਉਸ ਕਾਉਂਦੇ ਆ ਫਿਰ ਉਹਨੂੰ ਮਤਲਬ ਪ੍ਰੋਸੈਸ ਕਰਕੇ ਪੈਕਟਾਂ ਚ ਪੈਕ ਹੁੰਦਾ ਸਾਰਾ ਸਿਸਟਮ ਹੈਗਾ ਹਾਂਜੀ ਤਾਂ ਇਸ ਲਈ ਆਪਾਂ ਇਹ ਜਿਹੜੇ ਰੋਖ ਹੈਗੇ ਸਾਡੇ ਵਿਰਾਸਤੀ ਰੋਖਾ ਇੰਡੀਆ ਦੇ ਇਹਨਾਂ ਨੂੰ ਵੱਡੇ ਸਕੇਲ ਤੇ ਆਪਾਂ ਨੂੰ ਪ੍ਰਮੋਟ ਕਰਨਾ ਪੈਣਾ ਇੱਕ ਗੱਲ ਹੋਰ ਹੁੰਦੀ ਇਹਦੇ ਫੁੱਲਾਂ ਤੋਂ ਦੇਖੋ ਬਹੁਤ ਸਾਰੀਆਂ ਮੱਖੀਆਂ ਜਿੱਥੇ ਖੜੇ ਆਪਾਂ ਇੱਥੇ ਕਾਫੀ ਜ਼ਿਆਦਾ ਇੱਥੇ ਜੰਗਲ ਦੇ ਵਿੱਚ ਆਣ ਨੂੰ ਇੱਥੇ ਮਧੂ ਮਟਰਫਲਾਈਸ ਹੋ ਗਈਆਂ ਤੇ ਸ਼ਹਿਦ ਦੀਆਂ ਮੱਖੀਆਂ ਦੇਖਣ ਨੂੰ ਮਿਲਦੀਆਂ ਹਾਂਜੀ ਤਾਂ ਕਿਉਂਕਿ ਦੇਖੋ ਸਾਡਾ ਜਿਹੜਾ ਸਾਰਾ ਕੁਝ ਸਿਸਟਮ ਆ ਕਹਿੰਦੇ ਜੇ ਮਧੂ ਮੱਖੀ ਖਤਮ ਹੋ ਜੇ ਦੁਨੀਆ ਤੋਂ ਤਾਂ ਆਪਣੀ ਸਾਰ ਸ੍ਰਿਸ਼ਟੀ ਖਤਮ ਹੋ ਜੂਗੀ ਸਾਰੇ ਬੰਦੇ ਤੱਕ ਵੀ ਨਹੀਂ ਬਚਣਗੇ ਇਸ ਲਈ ਉਹਨਾਂ ਉਹਨਾਂ ਨੂੰ ਫਲਾਵਰ ਚਾਹੀਦਾ ਉਹਨੂੰ ਫੁੱਲ ਚਾਹੀਦਾ ਉਹਨਰੇ ਉਥੋਂ ਆਪਣੀ ਖਰਾਕ ਲੈਣੀ ਆ ਫਿਰ ਉਹਨੇ ਸ਼ਾਇਦ ਕਰਨਾ ਹੈਗਾ ਉਥੋਂ ਫਿਰ ਪੌਲ ਆਫਸ ਵਿੱਚ ਪੋਲੀਨੇਸ਼ਨ ਕਰਨੀ ਉਹਨਾਂ ਨੇ ਬਟਰਫਲਾਈ ਬਹੁਤ ਸਾਰੀ ਜਿਹੜੀ ਸਪੀਸੀਜ਼ ਨੇ ਬਟਰਫਲਾਈ ਤੇ ਮੱਖੀਆਂ ਰਾਹੀ ਉਹ ਆਫਸ ਵਿੱਚ ਤਾਲਮਿਲ ਕਰਕੇ ਇਹ ਸੈਕਸ਼ੂਅਲ ਆਰਗਨ ਜਿਹੜਾ ਸਿਸਟਮ ਹੈ ਬੋਲਨ ਟੂ ਐਂਥਰ ਜਿਹੜਾ ਸਾਰਾ ਜਾਂਦਾ ਹੈਗਾ ਸਿਸਟਮ ਉਹ ਸਾਰਾ ਜਿਹੜਾ ਸਿਸਟਮ ਹੈ ਜਾਂਦਾ ਹੈਗਾ ਤਾਂ ਮੇਲ ਫੀਮੇਲ ਦਾ ਕ੍ਰੋਸਿੰਗ ਹੁੰਦੀ ਹੈ ਥਰੂ ਪੋਲੀਨੇਸ਼ਨ ਇਹ ਬਹੁਤ ਹੈਲਪ ਕਰਦੀਆਂ ਮੱਖੀਆਂ ਤੇ ਬਟਰਫਲਾਈਜ਼ ਜੀ ਤਾਂ ਇਸ ਲਈ ਜੇ ਇਸ ਸੰਸਾਰ ਦੇ ਨਾ ਹੋਣ ਤਾਂ ਆਪਣਾ ਕੁਝ ਵੀ ਨਾ ਪੈਦਾ ਪੈਦਾ ਹ ਤ ਪਰ ਉਹ ਪੈਦਾ ਕਰਨ ਵਾਸਤੇ ਇਹ ਸਾਰੇ ਜਿਹੜੇ ਰੁੱਖ ਹੈਗੇ ਆ ਇਹ ਸਹਾਈ ਹੁੰਦੇ ਨੇ ਫੁੱਲ ਇਤੋਂ ਫੁੱਲਾਂ ਤੋਂ ਇਹ ਮਤਲਬ ਖੁਰਾਕ ਲੈਂਦੇ ਆ ਖੁਰਾਕ ਲੈ ਕੇ ਅੱਗੇ ਆਪਣਾ ਜਿਹੜਾ ਸਿਸਟਮ ਆ ਅੱਗੇ ਸਾਡੀ ਇਹ ਵੱਧ ਦਾ ਫੁੱਲ ਦਾ ਸਾਨੂੰ ਫੁੱਲ ਆਉਂਦਾ ਫਿਰ ਫਾਲ ਆਉਂਦਾ ਫਲ ਤੋਂ ਅੱਗੇ ਫਿਰ ਅੱਗੇ ਵਰਤਦੇ ਆਪਾਂ ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਸਾਨੂੰ ਇਹ ਵਿਰਾਸਤੀ ਰੁੱਖ ਆ ਸਾਨੂੰ ਪੰਜਾਬ ਦੇ ਵਿੱਚ ਪ੍ਰਮੋਟ ਕਰਨੇ ਪੈਣੇ ਆ ਬਿਲਕੁਲ ਤੇ ਇਹੀ ਬੇਨਤੀ ਸਭ ਨੂੰ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਹ ਜਿਹੜੀ ਬੇਸ਼ਕੀਮਤੀ ਨੇ குருਦਰ ਦੇ ਕ੍ਰਿਸ਼ਮਾ ਜਿਵੇਂ ਪਹਿਲਾਂ ਕਹੇ ਸਚਾਈ ਚ ਰਿਸ਼ਮਾ ਕਿਉਂਕਿ ਸ਼ਗਨਾਂ ਦਾ ਰੋਖ ਆ ਇਹ ਮਤਲਬ ਹਰ ਹਰ ਮਤਲਬ ਖੁਸ਼ੀ ਦੇ ਮੌਕੇ ਤੇ ਨੂੰ ਲੇਡੀਜ਼ ਤੋਂ ਲੈ ਕੇ ਸਾਰਾੜਾ ਸਿਸਟਮ ਆ इवन इवन ਕਈ ਜਗ੍ਹਾ ਤੇ ਮਤਲਬ ਜਿਹੜੇ ਆਪਣੇ ਦਾੜੀ ਰੰਗਣ ਦੇ ਕੰਮ ਆਉਂਦਾ ਬਾਲ ਰੰਗਣ ਦੇ ਕੰਮ ਕਰਦੇ ਲੋਕੀ इवन ਪੇਡਾਂ ਦੇ ਪੇਡਾਂ ਦੇ ਵੀ ਰੰਗ ਕਰ ਦਿੰਦੇ ਉਹ ਮਾਰਕ ਕਰਨ ਵਾਸਤੇ ਹਾਂਜੀ ਹਾਂਜੀ ਇਹ ਸਾਰਾ ਸਿਸਟਮ ਪਿੰਡਾਂ ਦੇ ਵਿੱਚ ਦੇਖਿਆ ਗਿਆ ਬਿਲਕੁਲ ਪਰ ਹੁਣ ਸਮਾਂ ਆ ਗਿਆ ਕਿ ਸਾਨੂੰ ਹੁਣ ਸਾਡੇ ਜਿਹੜੇ ਖਤਮ ਹੋਇਆ 3.7% ਜੰਗਲ ਸਾਡਾ ਹੈਗਾ ਉਹਨੂੰ ਮੁੜ ਦੁਬਾਰਾ ਲਿਆਉਣ ਵਾਸਤੇ ਤਾਂ ਸਾਨੂੰ ਇਹ ਇਹ ਜਿਹੜੀ ਹਿੰਮਤ ਮਾਰਨੀ ਪੈਣੀ ਆ ਆਓ ਸਾਰੇ ਰਲ ਕੇ ਇਕੱਠੇ ਹੋਈਏ ਜੇ ਮਹਿੰਦੀ ਰਕਤ ਨੂੰ ਨਹੀਂ ਮਿਲਦਾ ਕਿਸੇ ਪਾਸੇ ਸਾਡੀ ਨਰਸੀ ਜੇ ਅਵੇਲੇਬਲ ਹੈਗਾ ਜੀ ਇਹ ਰਾਉਂਡ ਗਲਾਸ ਫਾਊਂਡੇਸ਼ਨ ਅਸੀਂ ਲੰਗ ਪਿੰਡ ਆ ਉੱਥੋਂ ਅਗਰ ਤੁਸੀਂ ਫ੍ਰੀ ਆਫ ਕੋਸਟ ਕੋਈ ਬੂਟਾ ਲੈ ਆ ਸਕਦਾ ਆਪਣੇ ਇਹ ਜਰਮ ਪਲਾਜ਼ਮ ਨੂੰ ਆਪਣੇ ਨੂੰ ਤੁਸੀਂ ਆਪਣੇ ਖੇਤਾਂ ਵਿੱਚ ਆਪਣੇ ਸੜਕਾਂ ਦੇ ਕੰਡੇ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਤਾਂ ਇਹ ਲਾਓ ਤੇ ਆਪਣੀ ਜਿਹੜੀ ਵਿਰਾਸਤ ਆਪਾਂ ਇਸ ਤਰ੍ਹਾਂ ਸਾਂਭ ਸਕਦੇ ਆ ਇਹਨਾਂ ਸ਼ਬਦਾਂ ਕਹਿੰਦਾ ਹੋਇਆ ਭਾਜੀ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਇਹ ਇੱਕ ਮੂਵਮੈਂਟ ਆ ਇਸ ਮੂਵਮੈਂਟ ਦਾ ਸਾਰੇ ਲੋਕ ਹਿੱਸਾ ਬਣ ਕੇ ਤਾਂ ਆਪਾਂ ਪੰਜਾਬ ਦੇ ਜਿਹੜੇ ਕਲਾਈਮੇਟ ਨੂੰ ਤੇ ਪੰਜਾਬ ਦੇ ਵਿਗੜਦੇ ਹੋਏ ਸਾਡੇ ਜਿਹੜੇ ਇੰਨੇ ਵੱਡੇ ਸਕੇਲ ਤੇ ਕਟਾਈ ਹੋਏ ਦਰਖਤਾਂ ਨੂੰ ਵਾਪਸ ਲਿਆ ਸਕਦੇ ਆ ਉਹ ਦੁਬਾਰਾ ਲਾ ਕੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਹਾਂ ਸਰਮ ਸਸੀ ਕਾਲ ਜੀ ਸੋ ਦੋਸਤੋ ਅੱਜ ਆਪਾਂ ਨੇ ਗੱਲਬਾਤ ਕੀਤੀ ਮਹਿੰਦੀ ਦੇ ਸਾਡੇ ਸ਼ਗਨਾਂ ਦੀ ਮਹਿੰਦੀ ਦੀ ਗੱਲ ਕਰ ਲਈਏ ਮਹਿੰਦੀ ਦੇ ਰੁੱਖ ਬਾਰੇ ਤੇ ਅਗਲੀ ਵਾਰੀ ਆਪਾਂ ਕਿਸੇ ਹੋਰ ਰੁੱਖ ਬਾਰੇ ਗੱਲਬਾਤ ਕਰਾਂਗੇ ਤੇ ਏਸੀ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਜ਼ਰੂਰ ਕਿਉਂਕਿ ਸਾਡੀ ਇਹ ਜੋ ਇੱਕ ਮੁਹਿੰਮ ਹੈ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਇਹ ਜੋ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਰੋਖਾ ਲਗਾ ਰਹੇ ਨੇ ਆਪਣੇ ਪ੍ਰਾਤਨ ਵਾਤਾਵਰਨ ਨੂੰ ਸੁਰਜੀ ਮੋੜ ਸੁਰਜੀਤ ਕਰਨ ਦੇ ਲਈ ਬਹੁਤ ਵਧੀਆ ਉਪਰਾਲਾ ਹੈ ਆਓ ਆਪਾਂ ਵੀ ਇਸ ਮਹਿੰਮ ਦਾ ਹਿੱਸਾ ਬਣੀਏ ਸਤਿ ਸ੍ਰੀ ਅਕਾਲ